ਵਾਹਿਗੁਰੂ 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 ਸਾਹਿਬ ਜੀਓ ਵਾਹਿਗੁਰੂ 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 ਸਾਹਿਬ ਜੀਓ ਪਾਤੀ ਤੋਰ ਮਾਲਣੀ ਪਾਤੀ ਪਾਤੀ ਜਿਓ ਜਿਸ ਪਾਹਣ ਕੋ ਪਾਤੀ ਤੋਰ ਸੋ ਪਾਹਣ ਨਰ ਜਿਓ ਪੂਲੀ ਮਾਲਣੀ ਹੈ ਓ ਸਤਿਗੁਰ ਜਾਗਤਾ ਹੈ ਦਿਓ ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ ਤੀਨ ਦੇਵ ਪਰਤਖ ਤੋਰੈ ਕਰਹਿ ਕਿਸ ਕੀ ਸੋ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਰਗਾ ਅੰਦਰ ਤੁਸੀਂ ਜੁੜ ਮਿਲ ਬੈਠੇ ਹੋ ਉਮੰਗ ਸਾਰਿਆਂ ਦੀ ਇੱਕ ਹੈ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸਾਡਾ ਉੜਦਾ ਹੋਇਆ ਮਨ ਕਾਬੂ ਵਿੱਚ ਆ ਜਾਏ ਮਨ ਦੀ ਸਾਰੀ ਖੇਡ ਹੈ ਜਿੰਨੇ ਵੀ ਧਰਮ ਗ੍ਰੰਥ ਲਿਖੇ ਗਏ ਨੇ 108 ਧਰਮ ਗ੍ਰੰਥ ਹੋਏ ਨੇ 108 ਧਰਮ ਗ੍ਰੰਥਾਂ ਦੇ ਅੰਦਰ ਇੱਕੋ ਹੀ ਜੋਰ ਦਿੱਤਾ ਗਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਤੇਰਾ ਮਨ ਕਾਬੂ ਵਿੱਚ ਆ ਜਾਏ ਵੱਡੇ ਵੱਡੇ ઋષਿ ਪੀਰ ਪੈਗੰਬਰ ਜਦੋਂ ਮਨੁੱਖ ਦੀ ਬੇੜੀ ਐ ਸਿਖਰ ਤੇ ਚਲੀ ਜਾਂਦੀ ਹੈ ਹੰਕਾਰ ਰੂਪੀ ਤੂਫਾਨ ਆਉਦੇ ਨੇ ਵੱਡਿਆਂ ਵੱਡਿਆਂ ਦੀਆਂ ਬੇੜੀਆਂ ਇਸ ਹੰਕਾਰ ਰੂਪੀ ਸਾਗਰ ਵਿੱਚ ਤਸ ਜਾਂਦੀਆਂ ਨੇ ਬਚਦਾ ਕੌਣ ਹੈ ਜੀ ਦੇ ਤੇ ਪੂਰਨ ਪ੍ਰਮਾਤਮਾ ਦੀ ਕਿਰਪਾ ਹੋਵੇ ਗੁਰਬਾਣੀ ਵਿੱਚ ਇੱਕ ਪੰਗਤੀ ਆਉਂਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਸਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹ ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਉਚਰਨ ਹੋਇਆ ਦੀਨ ਦੁਨੀਆ ਦੇ ਮਾਲਕ ਨੇ ਦੋ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਪਵਨ ਦਾ ਜ਼ਿਕਰ ਕੀਤਾ ਹੈ ਹਵਾ ਤੋਂ ਬਗੈਰ ਮਨੁੱਖ ਕੁਝ ਵੀ ਨਹੀਂ ਹਵਾ ਚਲੀ ਗਈ ਸਰੀਰ ਨਾਸ ਹੋ ਜਾਂਦਾ ਹੈ ਅਧਿਆਤਮਿਕ ਜੀਵਨ ਦੇ ਅੰਦਰ ਮਨੁੱਖ ਜਿੰਨੀਆਂ ਮਰਜ਼ੀ ਛਾਲਾਂ ਮਾਰ ਲਵੇ ਜਿੰਨੀ ਮਰਜ਼ੀ ਉਚਾਈ ਤੇ ਚਲਿਆ ਜਾਵੇ ਪਰ ਮਨੁੱਖ ਨੂੰ ਗੁਰੂ ਦੀ ਲੋੜ ਹੈ ਜੇ ਗੁਰੂ ਨਹੀਂ ਕੱਖ ਵੀ ਨਹੀਂ ਗੁਰੂ ਤੋਂ ਬਿਨਾ ਗਤੀ ਨਹੀਂ ਮੈਂ ਕੱਲ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ 12 12 ਸਾਲ ਰਹੀਏ ਸਾਧੂਆਂ ਦੀ ਟੋਲੀ ਤੇ ਫਿਰ ਜਾ ਕੇ ਆਉਂਦੀ ਕਿਤੇ ਸੰਤਾਂ ਦੀ ਬੋਲੀ ਧਰਮ ਗ੍ਰੰਥਾਂ ਨੇ ਗੁਰੂ ਨੂੰ ਪਹਿਲ ਦਿੱਤੀ ਹੈ ਜਿਵੇਂ ਹਵਾ ਤੋਂ ਬਗੈਰ ਮਨੁੱਖ ਮਰ ਜਾਂਦਾ ਹੈ ਅਧਿਆਤਮਿਕ ਜੀਵਨ ਦੇ ਅੰਦਰ ਗੁਰੂ ਦੀ ਬਹੁਤ ਵੱਡੀ ਲੋੜ ਹੈ ਰਾਮ ਭਗਵਾਨ ਦੇ ਵੀ ਗੁਰੂ ਸਨ ਕ੍ਰਿਸ਼ਨ ਭਗਵਾਨ ਦੇ ਵੀ ਗੁਰੂ ਸਨ ਗੁਰੂ ਦਾ ਕੰਮ ਕੀ ਮੈਂ ਤੁਹਾਡੇ ਨਾਲ ਇੱਕ ਪੰਕਤੀ ਪੜੀ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਗੁਰੂ ਬੰਦਗੀ ਕਰਕੇ ਤੇ ਨਾਮ ਜਪਾ ਕਰਕੇ ਰਾਮ ਦੀ ਆਦਤੇ ਲੈ ਜਾਂਦਾ ਤੇ ਪ੍ਰਮਾਤਮਾ ਦਰਵਾਜ਼ਾ ਖੋਲ ਕਰਕੇ ਮਨੁੱਖ ਦੇ ਜਨਮ ਜਨਮਾਂ ਤਰਾਂ ਦਾ ਚੱਕਰ ਕੱਢ ਦਿੰਦਾ ਜਿਹਨੂੰ ਗੁਰਬਾਣੀ ਕਹਿੰਦੀ ਸੋ ਧਰ ਕੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਜਿੱਥੇ ਚੌਂਕੜੇ ਲੱਗੇ ਤੇ ਅਨਹਦ ਨਾਦ ਵੱਜਦਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਬਾਹਰ ਕੋ ਟਾਣੀਆਂ ਬਣਾ ਕਰਕੇ ਚਾਰ ਉੱਥੇ ਖਲੋਤੇ ਨੇ ਚਾਰ ਉੱਥੇ ਖਲੋਤੇ ਐਡੇ ਵੱਡੇ ਘਰ ਤੁਸੀਂ ਆਏ ਹੋ ਜੇ ਤੁਹਾਡਾ ਭਾਂਡਾ ਖਾਲੀ ਚਲਿਆ ਗਿਆ ਲਾਭ ਕੀ ਹੋਵੇਗਾ ਦਰਿਆ ਦੇ ਕੰਢੇ ਤੇ ਮਨੁੱਖ ਚਲਿਆ ਗਿਆ ਉਹਦੀ ਮੌਤ ਹੋ ਗਈ ਤੇ ਮਗਰੋਂ ਗੱਲ ਕਰਦੇ ਫਿਰਦੇ ਮਰਿਆ ਕਿਵੇਂ ਤੇ ਦੇ ਨਾਲ ਮਰ ਗਿਆ ਪਾਣੀ ਦੀ ਪਿਆਸ ਨਾਲ ਮਰ ਗਿਆ ਉਹ ਦਰਿਆ ਤੇਰੇ ਲਾਗੋਂ ਦੀ ਵਗਦਾ ਫਿਰਦਾ ਭਰ ਕੇ ਪੀਣਾ ਤੇਰਾ ਕੰਮ ਹੈ ਐਡਾ ਵੱਡਾ ਸਾਗਰ ਹੋਵੇ ਨਾਮ ਦੀ ਵਰਖਾ ਹੁੰਦੀ ਹੋਵੇ ਮਨੁੱਖ ਦੀਆਂ ਦੁਨਿਆਵੀ ਗੱਲਾਂ ਵੱਡੇ ਘਰ ਆ ਕਰਕੇ ਮੁਕਣ ਨਾ ਤੇ ਇਹਦੋਂ ਵੱਡੀ ਬੱਦ ਕਿਸਮਤੀ ਕੋਈ ਨਹੀਂ ਹੈ ਇਹ ਐਡਾ ਵੱਡਾ ਘਰ ਹੈ ਸਿੱਖਾ ਜੇ ਕਿਤੇ ਮਨ ਰੂਪੀ ਪਾਂਡਾ ਟੇਡਾ ਕਰ ਲਿਆ ਉੱਚੀ ਆਵਾਜ਼ ਦੇ ਅੰਦਰ ਮਨ ਨੂੰ ਸ਼ਾਂਤ ਕਰ ਲਿਆ ਪ੍ਰਮਾਤਮਾ ਦੇ ਕਰ ਤੇਰੀ ਹਾਜ਼ਰੀ ਲੱਗ ਜਾਵੇਗੀ ਹਾਜ਼ਰੀ ਬਹੁਤ ਵੱਡੀ ਗੱਲ ਹੈ ਰਾਮ ਭਗਵਾਨ ਦੇ ਦੋ ਗੁਰੂ ਸਨ ਵਿਸ਼ੇਸ਼ਟ ਤੇ ਵਿਸ਼ਵਾਮিত্র ਕਹਿੰਦੇ ਨੇ ਵਿਸ਼ਵਾ ਮਿੱਤਰ ਨੇ ਚੌਂਕੜਾ ਮਾਰਿਆ ਦੋ ਚੀਜ਼ਾਂ ਹੋਇਆ ਕਰਦੀਆਂ ਨੇ ਇੱਕ ਹੋਇਆ ਕਰਦੀ ਐ ਬੰਦਗੀ ਤੇ ਇੱਕ ਹੋਇਆ ਕਰਦਾ ਜੇ ਹੱਠ ਹੱਠ ਕੀ ਐ ਮੈਂ ਚੌਂਕੜਾ ਮਾਰਿਆ ਜਿੰਨਾ ਚਿਰ ਤੱਕ ਮੇਰੀ ਮਨੋਰਥ ਪੂਰੀ ਨਾ ਹੋਈ ਉਹਨਾਂ ਚਿਰ ਤੱਕ ਮੈਂ ਇਸ ਜਾਲ ਵਿੱਚ ਫਸਿਆ ਰ੍ਹਾਂਗਾ ਹੱਠ ਕਰਦਾ ਰ੍ਹਾਂਗਾ ਜਦੋਂ ਪ੍ਰਮਾਤਮਾ ਕਿਤੇ ਖੁਸ਼ ਹੋ ਕਰਕੇ ਆਵਾਜ਼ ਦਿੰਦਾ ਭੀ ਹੱਥ ਛੱਡ ਤੈਨੂੰ ਚਾਹੀਦਾ ਕੀ ਐ ਤੇ ਜਿਹੜਾ ਮੇਰਾ ਮਨੋਰਥ ਹੋਇਆ ਮੈਂ ਬਿਆਨ ਕਰਾਂਗਾ ਪਰਮਾਤਮਾ ਦੇ ਕਰ ਕੀਏ ਉਹਦੇ ਕੋਲ ਬਹੁਤ ਕੋਜ ਹੈ ਆ ਦੁਨਿਆਵੀ ਚੀਜ਼ਾਂ ਤਾਂ ਉਹਦੇ ਅੱਗੇ ਪਿੱਛੇ ਖੇਡਦੀਆਂ ਫਿਰਦੀਆਂ ਨੌ ਨਿਧੀਆਂ 18 ਸਿੱਧੀਆਂ ਤੇ ਬਾਬੇ ਦਾ ਪਾਣੀ ਪੜਦੀਆਂ ਨੇ ਗੁਰੂ ਕੇ ਸਿੱਖੋ ਤਨ ਤ੍ਰਿਲੋਕੀ ਦੇ ਮਾਲਕ ਜਦੋਂ ਹਰਦੁਆਰ ਗਏ ਸਨ ਉਹਨਾਂ ਦੇ ਪੈਰ ਵਿੱਚ ਪਦਮ ਤੇ ਦੁਰਗੇ ਪੰਡਤ ਨੇ ਖਲੋਕ ਕਰਕੇ ਢਾਈ ਪੈਰ ਨਿਗਾ ਢਾਈ ਪੈਰ ਨਿਗਾ ਨਾ ਤੱਕਿਆ ਢਾਈ ਪੈਰ ਖਲੋਕ ਕਰਕੇ ਤ੍ਰਿਲੋਕੀ ਦੇ ਮਾਲਕ ਨੇ ਉੱਠ ਕੇ ਆਖਿਆ ਦੁਰਗਾ ਕੀ ਗੱਲ ਪੈਰ ਵੱਲ ਤੱਕਦਾ ਹੈ ਉਨੇ ਆਖਿਆ ਮਹਾਰਾਜ ਅੱਜ ਤੋਂ ਦੋ ਧਰਮ ਗ੍ਰੰਥਾਂ ਦੇ ਵਿੱਚੋਂ ਮੈਂ ਪੜਿਆ ਕਿ ਦੋ ਮਾਤਮਾ ਹੋਏ ਨੇ ਜਿਨ੍ਹਾਂ ਦੇ ਪਦਮ ਸੀ ਇੱਕ ਬਾਬਾ ਨਾਨਕ ਜੀ ਦੇ ਹੱਥ ਵਿੱਚ ਪਦਮ ਹੈ ਤੇ ਇੱਕ ਕ੍ਰਿਸ਼ਨ ਭਗਵਾਨ ਜੀ ਦੇ ਪੈਰ ਵਿੱਚ ਪਦਮ ਹੈ ਉਹੀ ਪਦਮ ਮਾਲਕਾ ਤੇਰੇ ਚਰਨਾਂ ਦੇ ਵਿੱਚ ਹੈ ਮੈਨੂੰ ਲੱਗਦਾ ਜਾਂ ਤਾਂ ਛਤਰਪਤੀ ਰਾਜਾ ਬਣੇਗਾ ਜਾਂ ਦੁਨੀਆ ਤੈਨੂੰ ਝੁਗਿਆ ਕਰੇਗੀ ਜਦੋਂ ਇੰਨੀ ਗੱਲ ਦੁਰਗੇ ਨੇ ਆਖੀ ਤ੍ਰਿਲੋਕੀ ਦੇ ਮਾਲਕ ਨੇ ਮੋਢੇ theater ਕਰਕੇ ਆਖਿਆ ਦੁਰਗਿਆ ਕਰੀਆਨੇ ਦੀ ਦੁਕਾਨ ਚਲਾਉਣ ਵਾਲੇ ਸਾਨੂੰ ਕਿਹਨੇ ਮੰਨਣਾ ਹੈ ਕੌਣ ਸਾਡੀ ਪੂਜਾ ਕਰੇਗਾ ਉਹਨੇ ਆਖਿਆ ਮਾਲਕਾ ਜੇ ਤਰੁਠਾ ਮੈਂ ਤੇਰੇ ਘਰ ਵਿੱਚ ਆਵਾਂਗਾ ਮੇਰੇ ਇਥੇ ਕਿਰਪਾ ਕਰਦੀ ਮੈਨੂੰ ਲੱਗਦਾ ਤੇਰੇ ਘਰੋਂ ਬਰਕਤਾਂ ਮਿਲਿਆ ਕਰਨਗੀਆਂ ਵਿਸਾਖੀ ਵਾਲੇ ਦਿਨ ਦੁਰਗਾ ਗੋਇੰਦਵਾਲ ਆਇਆ ਜਦੋਂ ਬੌਲੀ ਦਾ ਟੱਕ ਲੱਗਾ ਅੰਮ੍ਰਿਤ ਜਲ ਆਇਆ 33 ਕਰੋੜ ਦੇਵੀ ਦੇਵਤਾ ਜਦੋਂ ਫੁੱਲਾਂ ਦੀ ਵਰਖਾ ਕਰਦਾ ਤੇ ਬਿਆਸ ਦਰਿਆ ਜਲ ਦੀਆਂ ਗਾਗਰਾਂ ਲੈ ਕਰਕੇ ਧਾਨਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨ ਧਵਾਉਣ ਵਾਸਤੇ ਆਇਆ। ਦੁਰਗੇ ਨੇ ਤੱਕਿਆ। ਨੇਤਰ ਬੰਦ ਕਰ ਲੇ ਗਲ ਵਿੱਚ ਪੱਲਾ ਪਾ ਕਰਕੇ ਆਖਿਆ ਮਾਲਕਾ ਕਰ ਕਿਰਪਾ। ਤ੍ਰਿਲੋਕੀ ਦਾ ਮਾਲਕ ਤਰੁਠਾ। ਦੁਰਗੇ ਦੇ ਮੋਢੇ ਤੇ ਆਤਰਾ ਕੇ ਕਹਿੰਦਾ ਦੁਰਗਿਆ ਮੰਗੋ ਜੋ ਮੰਗਣੀ। ਸ੍ਰਿਸ਼ਟੀ ਦਾ ਰਾਜ ਭਾਗ ਦੇ ਦੇਆ। ਦੁਨੀਆ ਦੇ ਲੋਕ ਤੈਨੂੰ ਨਮਸਕਾਰਾਂ ਕਰਿਆ ਕਰਨ ਦੁਨੀਆ ਦੇ ਲੋਕ ਤੇਰਾ ਪਾਣੀ ਭਰਿਆ ਕਰਨ ਬਾਬੇ ਦੁਰਗੇ ਨੇ ਹੱਥ ਜੋੜ ਕੇ ਆਖਿਆ ਮਾਲਕਾ ਜੇ ਤਨ ਦੇ ਹੈ ਨਾਮ ਨਾ ਦੇ ਹੈ ਨਾਮ ਬਿਹੂਣ ਜੰਪੁਰ ਜੈ ਹੈ ਮਾਲਕਾ ਨਾਮ ਨਹੀਂ ਦਿੰਦਾ ਤੇ ਤਨ ਦੇ ਦੇਣਾ ਹੈ ਨਾਮ ਤੋਂ ਬਿਗੈਰ ਗਤੀ ਨਹੀਂ ਜੇ ਨਾਮ ਦੇ ਹੈ ਤਨ ਨਾ ਦੇ ਹੈ ਤਨ ਬਿਹੂਣ ਜਗ ਨਾ ਬਿਆਏ ਹੈ ਮਾਲਕਾ ਤਨ ਤੋਂ ਬਿਗੈਰ ਜਗ ਚੰਗਾ ਨਹੀਂ ਲੱਗਦਾ ਨਾਨਕ ਨਿਰੰਕਾਰੀ ਤਰੁੱਠਾ ਗਲ ਬਕੜੀ ਚ ਲੈ ਕੇ ਤੇ ਦੁਰਗੇ ਦਾ ਬ੍ਰਹਮ ਖੋਲ ਦਿੱਤਾ ਪਾਈ ਵੀਰ ਸਿੰਘ ਜੀ ਲਿਖਦੇ ਨੇ ਨਾਮ ਚੱਲ ਗਿਆ ਦੁਰਗੇ ਦਾ ਨਾਮ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਉੱਚੀ ਆਵਾਜ਼ ਵਿੱਚ ਗੁਰੂ ਕੇ ਸਿੱਖੋ ਜਿੱਥੇ ਤੁਸੀਂ ਬੈਠੇ ਇਹ ਤ੍ਰਲੋਕੀ ਦੇ ਮਾਲਕ ਦਾ ਕਾਰ ਹੈ ਇਹ ਕੱਚੇ ਪਿੱਲੇ ਦਾ ਕਰ ਨਹੀਂ ਹੈ ਇਹ ਨਾਨਕ ਨਿਰੰਕਾਰੀ ਦਾ ਕਾਰ ਹੈ ਇੱਥੇ ਆ ਕਰਕੇ ਜਦੋਂ ਤੁਹਾਡਾ ਮੱਥਾ ਰਗੜਿਆ ਜਾਂਦਾ ਤੇ ਮੱਥੇ ਦੇ ਕਰਮ ਬਦਲ ਜਾਂਦੇ ਨੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਹਾਵਾ ਤੋਂ ਬਿਗੈਰ ਮਨੁੱਖ ਦੀ ਮੌਤ ਹੋ ਜਾਂਦੀ ਹੈ ਗੁਰੂ ਤੋਂ ਬਿਗੈਰ ਅਧਿਆਤਮਿਕ ਜੀਵਨ ਵਾਲਿਆਂ ਦੀ ਮੌਤ ਹੋ ਜਾਂਦੀ ਗੁਰੂ ਲਾਜ਼ਮੀ ਹੈ ਗੁਰੂ ਤਾਰਨ ਕਰਨਾ ਪਵੇਗਾ ਤ੍ਰਿਲੋਕੀ ਦੇ ਮਾਲਕ ਕਹਿੰਦੇ ਨੇ ਇੱਥੇ ਦੋ ਚੀਜ਼ਾਂ ਨਿਕਲਦੀਆਂ ਨੇ ਇੱਕ ਹੈ ਸਰੀਰ ਹਵਾ ਬੰਦ ਹੋ ਗਈ ਸਰੀਰ ਨਾਸਵੰਤ ਹੋ ਗਿਆ ਮੁੜ ਕੇ ਆ ਕਰਕੇ ਮੁਕਦੀ ਹੈ ਗੱਲ ਗੁਰੂ ਤੇ ਤੇ ਗੁਰੂ ਜਮੀਰ ਸਿਖਾਉਂਦਾ ਜਮੀਰ ਜਿਨ੍ਹਾਂ ਦੀ ਜਮੀਰ ਮਰ ਜਾਂਦੀ ਹੈ ਉਹਨਾਂ ਦਾ ਜੀਵਨ ਵਿਨਾਸ਼ ਹੋ ਜਾਂਦਾ ਮੇਰੇ ਪਿੱਛੇ ਤਤ ਬੇਤਿਆਂ ਦੀ ਫੋਟੋ ਲੱਗੀ ਹੈ ਗੁਰੂ ਕੇ ਸਿੱਖੋ ਅਸੀਂ ਐਵੇਂ ਨਹੀਂ ਯਾਦ ਕਰਦੇ ਇਹਨਾਂ ਨੇ ਨਿਰੰਕਾਰੀ ਦੇ ਘਰ ਅੰਦਰ ਪ੍ਰਮਾਤਮਾ ਦੇ ਘਰ ਅੰਦਰ ਏਡੀ ਵੱਡੀ ਕਾਲਣਾ ਕਾਲ ਕਰਕੇ ਆਪਣੀ ਪਹੁੰਚ ਕੀਤੀ ਦੁਨੀਆ ਦੇ ਲੋਕ ਵੱਡੇ ਵੱਡੇ ਰਾਜੇ ਮਹਾਰਾਜੇ ਇਹਨਾਂ ਤੋਂ थरथਰ ਕੰਬਦੇ ਸਨ ਜਦੋਂ ਅਮਰਜੈਂਸੀ ਲੱਗੀ ਗੁਰਦਾਸਪੁਰ ਦੀ ਤਰਤੀ ਤੇ ਸੰਤ ਬਾਬਾ ਕਰਤਾਰ ਸਿੰਘ ਚੌਂਕੜਾ ਬਾਰ ਕੇ ਬੈਠਾ ਹੈ ਜਿਹੜੇ ਗੁਰਦੁਆਰੇ ਵਿੱਚ ਬੈਠੇ ਸਨ ਉਥੋਂ ਦਾ ਪ੍ਰਧਾਨ ਹੈ ਸੇਵਾ ਸਿੰਘ ਉਹਨੂੰ ਆ ਕਰਕੇ ਸਰਕਾਰੀ ਬੰਦਿਆਂ ਨੇ ਆ ਕਰਕੇ ਕਿਹਾ ਵੀ ਤੁਹਾਡੇ ਕੋਲ ਪ੍ਰਧਾਨ ਸਾਹਿਬ ਬਾਬਾ ਜੀ ਆਏ ਨੇ ਇਹਨਾਂ ਨੇ ਸਵੇਰੇ ਨਗਰ ਕੀਰਤਨ ਕੱਢਣਾ ਤੇ ਅਮਰਜੈਂਸੀ ਲੱਗੀ ਤੇ ਏਦਾਂ ਕਰੋ ਵੀ ਡੀਸੀ ਦਾ ਹੁਕਮ ਹੈ ਵੀ ਨਗਰ ਕੀਰਤਨ ਬੰਦ ਕੀਤਾ ਜਾਵੇ ਜੇ ਕਿਤੇ ਨਗਰ ਕੀਰਤਨ ਕੱਢਿਆ ਗਿਆ ਤੇ ਅੱਜ ਰਾਤ ਨੂੰ ਬਾਬਾ ਚੁਕਿਆ ਜਾਵੇਗਾ ਦੋ ਨੌਜਵਾਨ ਗੱਭਰੂ ਸਿਰ ਤੇ ਦਸਤਾਰਾਂ ਬਧੀਆਂ ਵਰਦੀ ਪਾ ਕਰਕੇ ਜਦੋਂ ਸੰਤ ਬਾਬਾ ਕਰਤਾਰ ਸਿੰਘ ਦੇ ਕੋਲ ਗਏ ਤੇ ਮਰਦ ਨੇ ਪਤਾ ਗਾੜੀਆਂ ਕੀ ਆਖਿਆ ਉਹਨੇ ਆਖਿਆ ਅਸੀਂ ਨਗਰ ਕੀਰਤਨ ਕੱਢਾਂਗੇ ਤੁਸੀਂ ਡੱਕਣਾ ਹੋਇਆ ਡੱਕ ਲਿਓ ਨਾਲੇ ਵੇਖਾਂਗਾ ਕੌਣ ਡੱਕਦਾ ਹੈ ਇਹ ਉਹੀ ਕਰ ਸਕਦਾ ਜਿਹਦੀਆਂ ਖੁੱਚਾਂ ਵਿੱਚ ਜਾਣ ਹੋਵੇ ਜਿਹੜਾ ਨਾਮ ਰੰਗ ਵਿੱਚ ਜੁੜਿਆ ਹੋਵੇ ਜਿਹੜਾ ਬੰਦਗੀ ਦਾ ਤਤ ਬੇਤਾ ਹੋਵੇ ਸੰਤ ਬਾਬਾ ਕਰਤਾਰ ਸਿੰਘ ਚੌਂਕੜਾ ਮਾਰ ਕੇ ਬੈਠੇ ਨੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਨੂੰ ਆਵਾਜ਼ ਮਾਰੀ ਜਾ ਜਸਵੰਤ ਸਿੰਘਾ ਆਪਣੇ ਪਿੰਡ ਪੂਰੇ ਕੋਨੇ ਚਲਿਆ ਜਾਂ ਬੱਸ ਲੈ ਜਾ ਤੇ ਜਾ ਕੇ ਮੇਰਾ ਪਿੰਡ ਵਾਲਿਆਂ ਨੂੰ ਸੁਣਾ ਦੇ ਜਿਹਦੇ ਕੋਲ ਲਾਇਸੈਂਸੀ ਹਥਿਆਰ ਨੇ ਉਹ ਖਬਰ ਮਿਲਦਿਆਂ ਸਾਰ ਇੱਕ ਕੰਟੇ ਵਿੱਚ ਇਕੱਠੇ ਹੋ ਜਾਣ ਬੱਸ ਤੇ ਚੜਕੇ ਤੇ ਗਰਦਾਸਪੁਰ ਆ ਜਾਣ ਬੱਸ ਲੈ ਕੇ ਗਏ ਲੋਸਾਂਸੀ ਹਥਿਆਰਾਂ ਦੇ ਨਾਲ ਮਰਦਾਂ ਦੀ ਪਰਗੀ ਬੱਸ ਰਾਤ ਦੇ 12 ਵਜੇ ਗਰਦਾਸਪੁਰ ਚਲੇ ਗਏ ਦਿਨ ਦੇ ਚੜਾ ਦੇ ਨਾਲ ਜਦੋਂ ਸੰਤਾਂ ਨੇ ਨਗਰ ਕੀਰਤਨ ਆਰੰਭ ਕੀਤਾ ਡੀਸੀ ਭਾਰੀ ਫੋਰਸ ਲੈ ਕੇ ਗਿਆ ਬਾਬੇ ਕਰਤਾਰ ਸਿੰਘ ਨੇ ਮਰਦਾਂ ਨੂੰ ਆਖਿਆ ਮਰਦੋ ਮੈਂ ਬਵਾਂਗਾ ਮਿੰਨੀ ਬੱਸ ਦੇ ਵਿੱਚ ਜਿਸ ਬੱਸ ਦੇ ਵਿੱਚ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਵਾਰਾ ਹੋਵੇਗਾ ਤੁਸੀਂ ਰਫਲਾਂ ਲੈ ਕਰਕੇ ਤੇ ਪਿੱਛੇ ਜੀਪ ਵਿੱਚ ਬਹਿ ਜਿਓ ਜੇ ਕਿਤੇ 19 21 ਹੋਈ ਤੇ ਤੋਤੇ ਡਾ ਦਿਓ ਤੋਤੇ ਮੇਰੇ ਇਸ਼ਾਰੇ ਵੱਲ ਨ ਤੱਕਿਓ ਜਦੋਂ ਇੰਨੀ ਗੱਲ ਡੀਸੀ ਨੂੰ ਪਤਾ ਲੱਗੀ ਹੱਥ ਜੋੜ ਕੇ ਕਹਿਣ ਲੱਗਾ ਬਾਬਾ ਜੀ ਤੁਸੀਂ ਤਾਂ ਗੁੱਸਾ ਕਰ ਗਏ ਹੋ ਐਦਾਂ ਕਰੋ ਨਗਰ ਕੀਰਤਨ ਤੁਸੀਂ ਕੱਢਣਾ ਜ਼ਰੂਰ ਹੈ ਪਰ ਤੁਸੀਂ ਰੋਡ ਬਦਲਦੇ ਹੋ ਜਿਹੜਾ ਤੁਸੀਂ ਮੈਪ ਨਾਪਿਆ ਉਧਰ ਦੀ ਨਾ ਜਾਓ ਦੂਜੇ ਪਾਸੇ ਦੀ ਚਲੇ ਜਾਓ ਸੰਤ ਬਾਬਾ ਕਰਤਾਰ ਸਿੰਘ ਨੇ ਡੀਸੀ ਦੇ ਮੋਢੇ ਤੇ ਯਾਤਰਾ ਕਰਕੇ ਕਹਿਣ ਲੱਗੇ ਉਹ ਅ fırsਰਾ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਹੈ ਅਸੀਂ ਉਸ ਵਡੇਰੇ ਤੇ ਜਾਏ ਆ ਸੋਹਣੇ ਫੁੱਲ ਨੇ ਕਿਹਾ ਫਲੇਰੇ ਤਾਂ ਹੀ ਮੈਨੂੰ ਸ਼ਾਹਾਂ ਦੇ ਤਾਜ ਵਿੱਚ ਟੰਗਣਾ ਨਾ ਲੈ ਪੀ ਮਾਲਣੇ ਇੱਕ ਹੈ ਮੰਗ ਮੇਰੀ ਮੇਰੇ ਪਿਆਰੇ ਤੋਂ ਪਿਆਰ ਵਿੱਚ ਮੰਗਣਾ ਨਾ ਰੋ ਰੋ ਬੁਲਬੁਲ ਬਿਰਹਾ ਦੇ ਗੀਤ ਗਾਗਾ ਮੇਰੇ ਹਾਸਿਆਂ ਚ ਪਾਵਣਾ ਪੰਗਣਾ ਨਾ ਜੁਲਫਾਂ ਵਾਲੀਓ ਜੁਲਫਾਂ ਦੇ ਵਿੱਚ ਟੰਗ ਕੇ ਸੋਹਣੇ ਰੂਪ ਨੂੰ ਚੜ ਨੀਰੰਗਣਾ ਨਾ ਲੈ ਪੀ ਆਸ਼ਕੋ ਇੱਕ ਹੈ ਮੰਗ ਮੇਰੀ ਵਾਰੇ ਸੀਸ ਤੇ ਉਹਦੇ ਤੋਂ ਵਾਰ ਦੇਣਾ ਜਿੰਨਾ ਰਾਹਾਂ ਚੋਂ ਲੰਘਣ ਸ਼ਹੀਦ ਬੰਕੇ ਉਹਨਾਂ ਰਾਹਾਂ ਦੇ ਵਿੱਚ ਖਿਲਾਰ ਦੇਣਾ ਇਹ ਸੋਹਣੇ ਫੁੱਲ ਨੇ ਪੁਕਾਰ ਕੀਤੀ ਹੈ ਜੇ ਕਿਤੇ ਮੇਰੀ ਗਤੀ ਚਾਹੁੰਦੇ ਹੋ ਹਰ ਇੱਕ ਮਨੁੱਖ ਗਤੀ ਚਾਹੁੰਦਾ ਹੈ ਜਿੰਨੀ ਤੁਸੀਂ ਬਨਸਵਤੀ ਵੇਖਦੇ ਹੋ ਧਰਤੀ ਵੇਖਦੇ ਹੋ ਇਹ ਸਾਰੀ ਕੇਵਲ ਤੇ ਕੇਵਲ ਜੂਨਾ ਦੇ ਆਧਾਰ ਤੇ ਟਿਕੀ ਐ ਹਰ ਇੱਕ ਚਾਹੁੰਦਾ ਮੇਰੀ ਗਤੀ ਹੋ ਜਾਵੇ ਹਰ ਕੋਈ ਚਾਹੁੰਦਾ ਮੈਂ ਪ੍ਰਮਾਤਮਾ ਦੇ ਵਿੱਚ ਅਪੇਧ ਹੋ ਜਾਾਂ ਮੇਰਾ ਜੰਮਣ ਤੇ ਮਰਨ ਦਾ ਗੇੜਾ ਕਟਿਆ ਜਾਵੇ ਤੇ ਸੰਤ ਬਾਬਾ ਕਰਤਾਰ ਸਿੰਘ ਨੇ ਆਖਿਆ ਅਵਸਰਾ ਜਿਹੜੇ ਬਾਬੇ ਦੀ ਯਾਦ ਨੂੰ ਮਨਾਉਣ ਵਾਸਤੇ ਅਸੀਂ ਚੱਲੇ ਆਂ ਇਹਨੂੰ ਵੀ ਸਮੇਂ ਦੀਆਂ ਸਰਕਾਰਾਂ ਕਹਿੰਦੀਆਂ ਸਨ ਤੇਰਾ ਕੀ ਦੋਸ਼ ਐ ਜਾ ਚਲਿਆ ਜਾ ਜਨੇਊ ਤਾਂ ਅਸੀਂ ਹਿੰਦੂਆਂ ਦੇ ਲਾਉਨੇ ਆਂ ਤੇਰੇ ਨਾਲ ਤਾਂ ਸਾਡੀ ਗੱਲਬਾਤ ਹੀ ਕੋਈ ਨਹੀਂ ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਸਮੇਂ ਦੀ ਸਰਕਾਰੇ ਜੇ ਮੈਂ ਝੋਗਿਆ ਸਮਝ ਲੈਣਾ ਸਾਰਾ ਹਿੰਦੂ ਸਮਾਜ ਝੋਗਿਆ ਹੈ ਜੇ ਕਿਤੇ ਮੈਂ ਤੁਹਾਡੀ ਈਨ ਮੰਨ ਗਿਆ ਤੁਹਾਡੀ ਜਿੱਤ ਹੋ ਜਾਵੇਗੀ ਤਨ ਤ੍ਰਿਲੋਕੀ ਦੇ ਮਾਲਕ ਨੂੰ ਫੜ ਕਰਕੇ ਕੈਦ ਕੀਤਾ ਗਿਆ ਦਿੱਲੀ ਦੇ ਤਖਤੇ ਤੇ ਲਜਾਇਆ ਗਿਆ ਸਮੇਂ ਦੀ ਹਕੂਮਤ ਨੇ ਇੱਕ ਪਾਸੇ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਪਿੰਜਰੇ ਵਿੱਚ ਪਾਇਆ ਤੇ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖਿਆ ਇੱਕ ਪੰਜਾਬੀਆਂ ਦੀ ਕਹਾਵਤ ਹੈ ਨਾ 13 ਚੋਂ ਨਾ 13 ਚੋਂ ਇਹਦਾ ਅਖਰੀ ਅਰਥ ਸਾਨੂੰ ਵਿਦਿਆਦਾਤਾ ਪੜਾਇਆ ਕਰਦੇ ਸਨ ਪੁੱਤਰਾ ਈਸਾ ਦੇ ਨਾਲ 13 ਜਾਣੇ ਗਏ ਸਨ ਧਰਮ ਦੇ ਪ੍ਰਚਾਰ ਵਾਸਤੇ ਸਮੇਂ ਦੀਆਂ ਸਰਕਾਰਾਂ ਨੂੰ ਚੰਗਾ ਨਾ ਲੱਗਾ ਤੇ 13 ਦੇ 13 ਨੂੰ ਕੈਦੀ ਕਰ ਲਿਆ ਬੰਨ ਲਿਆ ਗਿਆ ਜਦੋਂ 13 ਤੇ ਡਾਂਗ ਫੇਰੀ ਗਈ ਤਸ਼ੱਦਦ ਕੀਤਾ ਗਿਆ ਡਾਂਗ ਵੱਡਿਆਂ ਵੱਡਿਆਂ ਨੂੰ ਕੰਬਾ ਕੇ ਰੱਖ ਦਿੰਦੀ ਐ 13 ਦੇ 13 ਨੇ ਹੱਥ ਜੋੜ ਲਿਆ ਸੀ ਤੇ ਦਿਹਾੜੀ ਤੇ ਆਏ ਆ ਸਾਨੂੰ ਤਾਂ ਮਾਇਆ ਮਿਲਣੀ ਐ ਮਾਇਆ ਦੀਆਂ ਚਾਰ ਕੌਡੀਆਂ ਤੁਸੀਂ ਦੇ ਦਿਓ ਤੁਹਾਡੇ ਵੱਲ ਹੋ ਜਾਣਗੇ ਕਿਹੜੀ ਗੱਲ ਉਹਨੇ ਆਖਿਆ ਜਾਓ ਚਲੇ ਜਾਓ ਤੁਹਾਨੂੰ ਜ਼ਗੀਰਾਂ ਦੇ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਆਇਓ ਇਹਦੇ ਵੱਲ ਨੂੰ ਪਿੱਠ ਕਰਕੇ ਚਲੇ ਜਾਓ ਉਥੇ ਲਿਖਿਆ ਮਿਲਦਾ ਜੇ 13 ਦੇ 13 ਨੇ ਥੁੱਕ ਕਰਕੇ ਪੇਠ ਕੀਤੀ ਤੇ ਈਸਾ ਨੂੰ ਪਿੱਛਾ ਕਰਕੇ ਚਲੇ ਗਏ ਅੱਜ ਤੁਸੀਂ ਇਹ ਪੜੇ ਲਿਖੇ ਦੇਸ਼ ਦੇ ਵਿੱਚ ਬੈਠੇ ਹੋ ਕਿਤੇ ਕੱਢ ਕਰਕੇ ਵੇਖਿਓ 13 ਨੰਬਰ ਗਿਣਤੀ ਐ ਨਹੀਂ 12 ਤੋਂ ਸਿੱਧੀ 14 ਤੇ 13 ਕਾਟੀ ਘਤੀ ਇਹਨਾਂ ਨੂੰ ਪਤਾ ਵੀ 13 ਮਾੜੇ ਨੇ ਤਾਂ ਕਰਕੇ 13 ਕੱਢ ਦਿੱਤਾ ਸਾਡਾ ਚੰਡੀਗੜਾ ਹੈ ਉਹਦੇ ਵਿੱਚ 13 ਨੰਬਰ ਸੈਕਟਰ ਐ ਨਹੀਂ ਪਰ ਤਰਲੋਕੀ ਦੇ ਮਾਲਕ ਦੇ ਨਾਲ ਤਿੰਨ ਗਏ ਸਨ ਬਾਬਾ ਮਤੀ ਦਾਸ ਬਾਬਾ ਦਿਆਲ ਦਾਸ ਬਾਬਾ ਸਤੀਦਾਸ ਪਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖ ਕਰਕੇ ਸਮੇਂ ਦੀ ਹਕੂਮਤ ਨੇ ਆਖਿਆ ਬਾਬਾ ਤੁਹਾਨੂੰ ਜ਼ਗੀਰਾਂ ਦੇ ਦਿੱਤੀਆਂ ਜਾਣਗੀਆਂ ਮਹਿਲ ਮਾਰੀਆਂ ਦੇ ਦਿੱਤੇ ਜਾਣਗੇ ਤੁਹਾਡਾ ਕੋੜਾ ਖੁੱਲਾ ਛੱਡ ਦਿੱਤਾ ਜਾਵੇਗਾ ਜਿੱਧਰ ਦੀ ਤੁਹਾਡਾ ਕੋੜਾ ਜਾਵੇਗਾ ਉਧਰ ਦੀ ਪੈਤੜਾ ਕੱਟ ਕਰਕੇ ਜ਼ਮੀਨ ਤੁਹਾਡੇ ਨਾਲ ਵਾ ਦਿੱਤੀ ਜਾਵੇਗੀ ਬੱਤੀਆਂ ਦੰਦਾ ਤੋਂ ਇੱਕ ਵੇਰਾ ਬੋਲੋ ਜਾਓ ਪਿੰਜਰੇ ਵੱਲ ਨੂੰ ਪੇਠ ਕਰਕੇ ਚਲੇ ਜਾਓ ਤੁਸੀਂ ਕਹੋ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਲੱਗਦੇ ਕੁਝ ਨਹੀਂ ਤੇ ਭਾਈ ਮਤੀ ਦਾਸ ਨੇ ਆਖਿਆ ਸੀ ਸਮੇਂ ਦੀਏ ਸਰਕਾਰੇ ਇਹ ਤਰਲੋਕੀ ਦਾ ਮਾਲਕ ਹੈ ਅਸੀਂ ਏਸ਼ ਸ਼ਮਾ ਤੇ ਆਏ ਆ ਪਰਮਾਨੇ ਦੀ ਤਰ੍ਹਾਂ ਸਾਨੂੰ ਸੜਨਾ ਆਉਂਦਾ ਹੈ ਅਸੀਂ ਤੇਰੀ ਈ ਨਹੀਂ ਮੰਨੀ ਜਦੋਂ ਸਿਰ ਤੇ ਆਰਾ ਰੱਖਿਆ ਭਾਈ ਮਤੀ ਦਾਸ ਨੇ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਿੰਜਰੇ ਵੱਲ ਨੂੰ ਮੂੰਹ ਕਰਕੇ ਇੱਕੋ ਹੀ ਗੱਲ ਆਖੀ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਪਿੰਜਰੇ ਚੋਂ ਇਹ ਨਹੀਂ ਆਵਾਜ਼ ਆਈ ਪੀ ਬਗਰਾੜੀ ਦਾ ਮੋਰਚਾ ਵੇਚ ਦਿਓ ਤੁਹਾਨੂੰ ਕੁਝ ਨਾ ਕੋਈ ਦੇ ਦੇਾਂਗਾ ਪਿੰਜਰੇ ਚੋਂ ਆਵਾਜ਼ ਆਈ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਤਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਦਿੱਤਿਆਂ ਬਾਜ ਨਹੀਂ ਰਹਿਣਾ ਤਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਦਿੱਤਿਆਂ ਬਾਜ ਮਰਦ ਨੇ ਈਨ ਨਹੀਂ ਮੰਨੀ ਉਹਨਾਂ ਨੇ ਆਰਾ ਚਲਾਇਆ ਤੇ ਗੁਰੂ ਕੇ ਸਿੱਖ ਨੂੰ ਦੋ ਫਾੜ ਕਰ ਦਿੱਤਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਇਹ ਵੱਡੇ ਪਾਗਾਂ ਦੇ ਨਾਲ ਇਹ ਬਖਸ਼ਿਸ਼ ਮਿਲਦੀ ਹੈ ਆਪਾਂ ਗੁਰਬਾਣੀ ਵਿੱਚ ਇੱਕ ਪੰਗਤੀ ਪੜ੍ਹਦੇ ਹਾਂ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਆਲ ਰੂਹ ਨੇ ਪੁੱਛ ਲਿਆ ਮਹਾਰਾਜ ਤੁਸੀਂ ਸੱਚਖੰਡ ਦੀ ਗੱਲ ਕਰਦੇ ਹੋ ਪਹਿਲਾਂ ਤੁਸੀਂ ਚਾਰ ਖੰਡਾਂ ਦੀ ਗੱਲ ਕਰਦੇ ਹੋ ਸ਼ਰਮਖੰਡ ਦੀ ਗੱਲ ਕਰਦੇ ਹੋ ਕਰਮ ਕਰਨ ਦੀ ਗੱਲ ਖੰਡ ਦੀ ਗੱਲ ਕਰਦੇ ਹੋ ਨਾਨਕ ਨਰਨਕਾਰੀ ਨੂੰ ਪੁੱਛਿਆ ਮਹਾਰਾਜ ਮੁੜ ਕੇ ਤੁਸੀਂ ਸੱਚਖੰਡ ਦੀ ਗੱਲ ਕਰਦੇ ਹੋ ਚਲੋ ਠੀਕ ਹੈ ਜੇ ਕੋਈ ਚਾਰ ਕਰਮ ਪਾਰ ਕਰਕੇ ਸੱਚਖੰਡ ਵਿੱਚ ਚਲਿਆ ਜਾਂਦਾ ਤੇ ਉਹਨੂੰ ਡਰ ਤਾਂ ਕੋਈ ਨਹੀਂ ਮੁੜ ਕੇ ਉਹ ਬੇਖੌਫ ਹੋ ਜਾਵੇ ਉਹਨੂੰ ਕਿਸੇ ਢੰਗ ਤਰੀਕੇ ਨਾਲ ਕਿਸੇ ਦਾ ਡਰ ਤਾਂ ਨਹੀਂ ਤਰਲੋਕੀ ਦੇ ਮਾਲਕ ਨੇ ਆਖਿਆ ਸੱਚਖੰਡ ਚਲਿਆ ਜਾਵੇ ਅੱਠਾਂ ਚੀਜ਼ਾਂ ਦਾ ਪ੍ਰੇਜ ਕਰ ਲੈ ਅੱਠਾਂ ਚੀਜ਼ਾਂ ਦਾ ਪ੍ਰੇਜ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭੌਖਲਾ ਅਗਣ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਦੋਂ ਅੱਠਾਂ ਚੀਜ਼ਾਂ ਦਾ ਪ੍ਰੇਜ ਹੋ ਜਾਂਦਾ ਜੇ ਇਹ ਟਕਸਾਲ ਕੜੀ ਜਾਂਦੀ ਹੈ ਉਹ ਪਰਵਾਨੇ ਬਣ ਜਾਂਦੇ ਨੇ ਉਹ ਅਮਰਤ ਬਣ ਜਾਂਦੇ ਨੇ ਉਹ ਸਮੇਂ ਦੀਆਂ ਸਰਕਾਰਾਂ ਤੋਂ ਕਦੇ ਨਹੀਂ ਡਰਦੇ ਤੇ ਫਿਰ ਅਸੀਂ ਉਹਨਾਂ ਦੀਆਂ ਯਾਦਾਂ ਨੂੰ ਮਨਾਉਂਦੇ ਆਂ ਅਸੀਂ ਇਕੱਤਰ ਹੋਨੇ ਆਂ ਇਸੇ ਕਰਕੇ ਮਨਾਉਂਦੇ ਆਂ ਮਾਲਕਾ ਤੂੰ ਇਹੋ ਜਿਹੇ ਮਰਦ ਪੈਦਾ ਕੀਤੇ ਜਿਹੜੇ ਸਮੇਂ ਦੀਆਂ ਸਰਕਾਰਾਂ ਦੇ ਗਾੜੀ ਖੰਗ ਜਾਇਆ ਕਰਦੇ ਨੇ 75 ਦੀ ਗੱਲ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਇਹਨਾਂ ਨੇ ਦਿੱਲੀ ਦੇ ਵਿੱਚ ਸਮਾਗਮ ਰੱਖਿਆ ਉੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਗਏ ਸਟੇ ਸੈਕਰੀ ਹੋਵੇਗਾ ਜਿਹੜਾ ਇੰਦਰਾ ਦਾ ਚਮਚਾ ਸੀ ਕਿਸੇ ਨੂੰ ਖੁਸ਼ਾਮਦ ਕਰਨੀ ਆਉਂਦੀ ਹੈ ਉਹਨੇ ਫੜਿਆ ਸਪੀਕਰ ਉੱਚੀ ਦੇਣੀ ਆਵਾਜ਼ ਕੀਤੀ ਕਹਿਣ ਲੱਗਾ ਸਾਡੇ ਵੱਡੇ ਭਾਗ ਸਮੇ ਦੀ ਹਕੂਮਤ ਦੁਨੀਆ ਦੀ ਰਾਣੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨ ਵਾਸਤੇ ਆਈ ਹੈ ਅਸੀਂ ਇਹਨਾਂ ਦੇ ਰਿਣੀ ਰਵਾਂਗੇ ਨਾਲੇ ਸਾਡੇ ਵੱਡੇ ਭਾਗ ਇਹਨਾਂ ਨੇ ਆਪਣਾ ਵੱਡਾ ਕਾਕਾ ਸਾਡੇ ਵੱਲ ਵਿਆਇਆ ਵੱਡਾ ਕਾਕਾ ਅਰुण ਗਾਂਧੀ ਇਹਨੇ ਚਿਰ ਨੂੰ ਬੈਠਾ ਤਤ ਬੇਤਾ ਬਾਬਾ ਕਰਤਾਰ ਸਿੰਘ ਪਿੰਡਰਾਂਵਾਲਾ ਉਹਨੇ ਇੱਕੇ ਦਮ ਸਪੀਕਰ ਫੜਿਆ ਤੇ ਕਹਿਣ ਲੱਗਾ ਅਸੀਂ ਧੰਨਵਾਦ ਕਾਦਾ ਕਰੀਏ ਇਹ ਇੰਦਰਾ ਆਈ ਹੈ ਨਮਸਕਾਰ ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਕਦੇ ਵੀ ਧੰਨਵਾਦ ਇਹ ਮਰ ਮਰ ਕੇ ਜੰਮ ਜੰਮ ਕੇ ਕਰ ਨਹੀਂ ਸਕਦੇ ਇਨਾਂ ਦੀ ਖਾਤਰ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਲੀਦਾਨ ਦਿੱਤਾ ਹੈ ਹੁਣ ਏਡੀ ਵੱਡੀ ਗੱਲ ਸਮੇਂ ਦੀ ਹਕੂਮਤ ਦੇ ਗਾੜੀ ਕਰ ਜਾਣੀ ਉਹਨੇ ਪਾਸੇ ਹੋ ਕੇ ਪੁੱਛਿਆ ਇਹ ਬਾਬਾ ਕੌਣ ਹੈ ਕਿਸੇ ਨੇ ਆਖਿਆ ਇਹ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਇਹ ਅੰਮ੍ਰਿਤਸਰ ਦੀ ਧਰਤੀ ਤੇ ਰਹਿੰਦੇ ਨੇ ਇਹ ਬੇਖੌਫ ਹੈ ਇਹ ਧਰਮ ਦਾ ਪ੍ਰਚਾਰ ਕਰਦਾ ਤੇ ਇਹਦੇ ਨਾਲ ਮਰਦ ਨੱਚਦੇ ਫਿਰਦੇ ਨੇ ਇੰਦਰਾ ਨੂੰ ਅੱਗ ਲੱਗ ਗਈ ਉਹਨੇ ਵੇਖਿਆ ਇਹੋ ਜੀਆਂ ਤਾਕਤਾਂ ਨੂੰ ਥੱਲੇ ਕਿਵੇਂ ਸੁਟਿਆ ਜਾਏ ਉਹਦੇ ਤੋਂ ਬਾਅਦਾ ਜੋ ਤੁਸੀਂ ਵੇਖਦੇ ਹੋ 78 ਦਾ ਕਾਂਡ ਰੋਹ ਵਿਚਾਰ ਇਹ ਗੱਲ ਵੱਖਰੀ ਹੈ ਪਰਮਾਨਿਆਂ ਦੀ ਖੇਡ ਅੰਦਰ ਜਦੋਂ ਮਨੁੱਖ ਗੁਰੂ ਨੂੰ ਭੁੱਲ ਜਾਂਦਾ ਜੇ ਉਹਦੀ ਜਮੀਰ ਮਰ ਜਾਂਦੀ ਹੈ ਹਵਾ ਤੋਂ ਬਗੈਰ ਮਨੁੱਖ ਦੀ ਮੌਤ ਹੋ ਜਾਂਦੀ ਤੇ ਗੁਰੂ ਤੋਂ ਬਗੈਰ ਮਨੁੱਖ ਦੀ ਮੌਤ ਹੋ ਜਾਂਦੀ ਹੈ ਗੁਰੂ ਉਹ ਹੈ ਜਿਹੜਾ ਪਰਮਾਤਮਾ ਦੇ ਨਾਲ ਜੋੜ ਦੇਵੇ ਰਾਮ ਭਗਵਾਨ ਦੇ ਦੋ ਗੁਰੂ ਸਨ ਇੱਕ ਵਿਸ਼ਿਸ਼ਟ ਇੱਕ ਵਿਸ਼ਵਾਮਿੱਤਰ ਵਿਸ਼ਵਾਮਿੱਤਰ ਨੇ ਹੱਠ ਕੀਤਾ ਉਹਨੇ 36000 ਵਰੇ ਦਾ ਤਪ ਕੀਤਾ ਮਿਲਣ ਵਾਸਤੇ ਵਿਸ਼ਿਸ਼ਟ ਨੂੰ ਗਿਆ ਇਹਨੇ 36000 ਵਰੇ ਦਾ ਤਪ ਗਲ ਵਿੱਚ ਪੱਲਾ ਪਾ ਕਰਕੇ ਕਹਿਣ ਲੱਗਾ ਵਿਸ਼ਿਸ਼ਟ ਜੀ ਮੈਂ 36000 ਵਰੇ ਦਾ ਤਪ ਕੀਤਾ ਹੈ ਮੈਂ ਅਰਦਾਸ ਕਰਦਾ ਜਿੰਨਾ ਤਪ ਮੈਂ ਕੀਤਾ ਮੈਂ ਤੁਹਾਡੀ ਝੋਲੀ ਵਿੱਚ ਪਾਉਣਾ ਹੈ ਹੁਣ ਵਿਸ਼ਿਸ਼ਟ ਨੇ ਵੇਖਿਆ ਪੀ ਇਹ ਮਹਾਤਮਾ ਨੇ 36000 ਵਰੇ ਦਾ ਤਪ ਮੈਨੂੰ ਅਰਦਾਸ ਕਰ ਦਿੱਤਾ ਤੇ ਮੇਰਾ ਵੀ ਫਰਜ ਬਣਦਾ ਕੁਝ ਨਾ ਕੁਝ ਇਹਨੂੰ ਦਿਆਂ ਵਿਸ਼ਿਸ਼ਟ ਨੇ ਕੀ ਵੇਖਿਆ ਪੀ ਮੇਰੇ ਕੋਲੋਂ ਜ਼ਿਆਦਾ ਤਪ ਤਾਂ ਨਹੀਂ ਹੋਇਆ ਪਰ ਮੇਰੇ ਘਰ ਇੱਕ ਰਾਤ ਬੰਦਗੀ ਵਾਲੇ ਆ ਗਏ ਉਹਨਾਂ ਸਾਰੀ ਰਾਤ ਕੀਰਤਨ ਕੀਤਾ ਮੇਰਾ ਸੁਰਤਾ ਬਿਰਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਿਹਾ ਜਦੋਂ ਅੰਮ੍ਰਿਤ ਵੇਲੇ ਦਿਨ ਦਾ ਚੜ੍ਹਾ ਹੋਇਆ ਰੱਬ ਦੇ ਪਿਆਰੇ ਚਲੇ ਗਏ ਮੈਂ ਇੱਕ ਰਾਤ ਬੰਦਗੀ ਕੀਤੀ ਹੈ ਉਹਨੇ ਗਲ ਵਿੱਚ ਪੱਲਾ ਪਾ ਕਰਕੇ ਵਿਸ਼ਵਾਮਿੱਤਰ ਨੂੰ ਕਹਿਣ ਲੱਗਾ ਪੀ ਮੈਂ ਜ਼ਿਆਦਾ ਤਾਂ ਨਹੀਂ ਕੀਤਾ ਇੱਕ ਰਾਤ ਬੰਦਗੀ ਕੀਤੀ ਤੇ ਇੱਕ ਰਾਤ ਵਿੱਚ ਚਾਰ ਪੈਰ ਹੋਇਆ ਕਰਦੇ ਨੇ ਉਹਦੇ ਵਿੱਚੋਂ ਦੋ ਪੈਰ ਮੈਂ ਤੈਨੂੰ ਅਰਦਾਸ ਕਰਦਾ ਤਾੜੀ ਮਾਰ ਕੇ ਹੱਸਿਆ ਵਿਸ਼ਵਾਮਿੱਤਰ ਤਾੜੀ ਮਾਰ ਕੇ ਜਿਵੇਂ ਕਿਸੇ ਨਾਲ ਟੀਚਰ ਕਰੀਦੀ ਹੈ ਮਖੌਲ ਖਰੀਦਾ ਉਹਨੇ ਆਖਿਆ ਬਾਬਾ ਕਿੱਥੇ ਇੱਕ ਰਾਤ ਦੀ ਬੰਦਗੀ ਕਿੱਥੇ 36000 ਵਰੇ ਦਾ ਤਪ ਤੂੰ ਚੱਲਾ ਤਾਂ ਨਹੀਂ ਹੋ ਗਿਆ ਮੇਰੇ ਤਪ ਦੇ ਨਾਲ ਇੱਕ ਰਾਤ ਦੀ ਬੰਦਗੀ ਰਲੋਣਾ ਤੇ ਉਹਦੇ ਵਿੱਚੋਂ ਵੀ ਦੋ ਪੈਰ ਮੈਨੂੰ ਅਰਦਾਸ ਕਰਦਾ ਹੈ ਵਿਸ਼ਿਸ਼ਟ ਨੇ ਆਖਿਆ ਬਾਬਾ ਗੁੱਸਾ ਨਾ ਕਰ ਜੋ ਤੇਰੇ ਕੋਲ ਸੀ ਤੂੰ ਦੇ ਦਿੱਤਾ ਜੋ ਮੇਰੇ ਕੋਲ ਹੈ ਮੈਂ ਦੇ ਦਿੱਤਾ ਉਹਨੇ ਆਖਿਆ ਨਹੀਂ ਪਰਖ ਕਰਨੀ ਚਾਹੀਦੀ ਹੈ ਮੇਰਾ ਤਪ ਵੱਡਾ ਹੈ ਕਿ ਤੇਰੀ ਇੱਕ ਰਾਤ ਦੀ ਬੰਦਗੀ ਵੱਡੀ ਹੈ ਕਹਿੰਦੇ ਨੇ ਇਹ ਬ੍ਰਹਮੇ ਦੇ ਕੋਲ ਚਲੇ ਗਿਆ ਉਨੇ ਆਖਿਆ ਮੇਰੇ ਕੋਲ ਸਮਾਂ ਨਹੀਂ ਤੁਸੀਂ ਵਿਦਮਾਤਾ ਕੋਲ ਚਲੇ ਜਾਓ ਵਿਦਮਾਤਾ ਕੋਲ ਗਏ ਵਿਦਮਾਤਾ ਨੇ ਆਖਿਆ ਮੈਂ ਤਾਂ ਅੱਗੇ ਕਰਮ ਲਿਖਣ ਵਾਸਤੇ ਚੱਲੀ ਆ ਤੁਸੀਂ ਇਦਾਂ ਕਰੋ ਵਿਸ਼ਨੂ ਭਗਵਾਨ ਦੇ ਕੋਲ ਚਲੇ ਜਾਓ ਵਿਸ਼ਗੂ ਨੇ ਆਖਿਆ ਮੇਰੇ ਕੋਲ ਟਾਈਮ ਨਹੀਂ ਹੈ ਤੁਸੀਂ ਛੇਸ਼ਨਾਗ ਦੇ ਕੋਲ ਚਲੇ ਜਾਓ ਇਹ ਛੇਸ਼ ਦੇ ਕੋਲ ਗਏ ਛੇਸ਼ ਨੇ ਆਖਿਆ ਮੈਂ ਤੁਹਾਡਾ ਹਾਲਤਾ ਕਰ ਦਿਆਂਗਾ ਪਰ ਮੈਂ ਕਰਾਂ ਕੀ ਮੈਂ ਤਰਤੀ ਨੂੰ ਚੁੱਕਿਆ ਹੈ ਮੇਰੀ ਫਨ ਤੇ ਤਰਤੀ ਹੈ ਤੇ ਜਿੰਨਾ ਚਿਰ ਤੱਕ ਮੇਰੇ ਸਿਰ ਤੇ ਭਾਰ ਹੈ ਮੈਂ ਤੁਹਾਨੂੰ ਕਿਵੇਂ ਦੱਸਾਂ ਪੀਤਾਪ ਵੱਡਾ ਕਿ ਇੱਕ ਰਾਤ ਦੀ ਬੰਦਗੀ ਵੱਡੀ ਹੈ ਉਹਨੇ ਆਖਿਆ ਕਿਹੜੀ ਗੱਲ ਹੈ ਮੈਂ 36000 ਵਰੇ ਦਾ ਤਪ ਇਹਨੂੰ ਦਾਨ ਕੀਤਾ ਹੈ ਮੈਂ ਗਲ ਵਿੱਚ ਪੱਲਾ ਪਾ ਕਰਕੇ ਅਰਦਾਸ ਕਰਦਾ ਹਾਂ ਮਾਲਕਾ ਇਹਦੇ ਵਿੱਚੋਂ ਅੱਧਾ ਮੈਂ ਤਰਤੀ ਨੂੰ ਦੇਣਾ ਤੇ ਤਰਤੀ ਇਹਦੇ ਆਸਰੇ ਤੇ ਖਲੋਜੇ ਤੇ ਮੈਨੂੰ ਦੱਸ ਪੀ ਤਪ ਵੱਡਾ ਹੈ ਕਿ ਬੰਦਗੀ ਵੱਡੀ ਹੈ ਕਹਿੰਦੇ ਨੇ ਇਹ ਮਥਿਆਸਕ ਗੱਲ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਟੀਕੇ ਵਿੱਚ ਲਿਖੀ ਹੈ ਆਪਾਂ ਅੰਤਰੀ ਭਾਵ ਲੈਣਾ ਵੀ ਧਰਤੀ ਤਾਂ ਖਲੋਤੀ ਹੈ ਨਾਮ ਦੇ ਸਿਰ ਤੇ ਇਹ ਤਾਂ ਗੱਲਾਂ ਬਣੀਆਂ ਨੇ ਕੋਈ ਕਹਿੰਦਾ ਛੇ ਸ਼ਨਾਗ ਦੇ ਸਿਰ ਤੇ ਹੈ ਕੋਈ ਕਹਿੰਦਾ ਬੁੱਲ ਦੇ ਸਿਰ ਤੇ ਹੈ ਕਹਿੰਦੇ ਨੇ ਧਰਤੀ ਡੋਲਣ ਲੱਗੀ ਵਿਸ਼ਵਾ ਮਿੱਤਰ ਨੇ ਗਲ ਵਿੱਚ ਪੱਲਾ ਪਾ ਕਰਕੇ 36000 ਬਰੇ ਦਾ ਤਪ ਦੇ ਦਿੱਤਾ ਪਰ ਜਵਾਲਾਮੁਖੀ ਫਟਨੋਂ ਨਾ اٹੇ ਮੁੜ ਕੇ ਆ ਗਈ ਵਿਸ਼ਿਸ਼ਟ ਦੀ ਵਾਰੀ ਇਹਨੇ ਗਲ ਵਿੱਚ ਪੱਲਾ ਪਾ ਕਰਕੇ ਅਰਦਾਸ ਕੀਤੀ ਮਹਾਰਾਜ ਸੰਤ ਆਏ ਸਨ ਬੰਦਗੀ ਕਰਦਿਆਂ ਕਰਦਿਆਂ ਰਾਤ ਚਲੀ ਗਈ ਹੈ ਉਹਦੇ ਵਿੱਚੋਂ ਦੋ ਪੈਰ ਮੈਂ ਵਿਸ਼ਵਾਮਿੱਤਰ ਨੂੰ ਦੇ ਦਿੱਤੇ ਨੇ ਮੇਰੇ ਕੋਲ ਦੋ ਪੈਰ ਬਚੇ ਨੇ ਇੱਕ ਪੈਰ ਮੈਂ ਧਰਤੀ ਨੂੰ ਦੇਣਾ ਬੰਦਗੀ ਦਾ ਕਿਰਪਾ ਕਰਕੇ ਧਰਤੀ ਖਲੋਜੇ ਕਹਿੰਦੇ ਨਾਮ ਦੇ ਆਸਰੇ ਤੇ ਧਰਤੀ ਖਲੋਗੀ ਨਾਮ ਦੇ ਆਸਰੇ ਤੇ ਧਰਤੀ ਅੱਜ ਵੀ ਨਾਮ ਦੇ ਆਸਰੇ ਤੇ ਹੈ ਥੱਲਿੋਂ ਦੀ ਪਾਣੀ ਵਗੀ ਜਾਂਦਾ ਹੈ ਬਰੇਤਾ ਆ ਜਾਂਦਾ ਹੈ ਧਰਤੀ ਦੇ ਥੱਲੇ ਫਿਰ ਧਰਤੀ ਹੈ ਖਲੋਂਦੀ ਤਾਂ ਧਰਤੀ ਨਾਮ ਦੇ ਇਸਰੇ ਤੇ ਹੈ ਬੰਦਗੀ ਦੇ ਸਿਰ ਤੇ ਹੀ ਖਲੋਂਦੀ ਐ ਜਦੋਂ ਪਾਪਾਂ ਦੀ ਪੰਡ ਭਾਰੀ ਹੋ ਜਾਂਦੀ ਐ ਉਦੋਂ ਗੁਰੂ ਕੇ ਸਿੱਖੋ ਇਹ ਵੱਡੀਆਂ-ਵੱਡੀਆਂ ਤਰਤੀਆਂ ਗਰਕੋ ਜਾਇਆ ਕਰਦੀਆਂ ਨੇ ਕਿਉਂਕਿ ਗੁਰਬਾਣੀ ਕਹਿੰਦੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਗੱਲ ਤਾਂ ਕਰਮਾਂ ਦੀ ਐ ਜਿੰਨਾ ਚਿਰ ਤੱਕ ਕਰਮ ਨੇ ਉਹਨਾਂ ਚਿਰ ਤੱਕ ਮਨੁੱਖ ਦੀ ਚੱਲਦੀ ਐ ਚੱਲਦੀ ਆਨੰਦਪੁਰ ਦੀ ਤਰਤੀ ਤੇ ਤ੍ਰਲੋਕੀ ਦੇ ਮਾਲਕ ਬਰਾਜਮਾਨ ਸਨ ਚੌਧਰੀ ਸਲਾਰ ਦੀਨ ਆਇਆ ਰੋਪੜ ਦੇ ਰਹਿਣ ਵਾਲਾ ਸੀ ਕਰਵਾਲੀ ਨੂੰ ਨਾਲ ਲੈ ਕਰਕੇ ਆਇਆ ਜਦੋਂ ਦਲੀਜ ਤੇ ਮੱਥਾ ਟੇਕਿਆ ਤੇ ਕੋ ਗੁਰੂ ਕਾ ਸਿੱਖ ਬਾਣੀ ਪੜਦਾ ਸੀ ਦੱਦਾ ਦੋਸ਼ ਨਾ ਦੀਜੈ ਕਿਸੈ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਥੋੜਾ ਜਾ ਹੋਰ ਅਗੇਰੇ ਹੋਇਆ ਤੇ ਗੁਰੂ ਕਾ ਸਿੱਖ ਬਾਣੀ ਪੜਦਾ ਸੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਸਲਾਰਦੀਨ ਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਜਦੋਂ ਮੈਂ ਤੇਰੇ ਘਰ ਵਿੱਚ ਆਇਆ ਤੇ ਇੱਕ ਸਿੱਖ ਬਾਣੀ ਪੜਦਾ ਸੀ ਦੱਦਾ ਦੋਸ਼ ਨਾ ਦੀਜੈ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਣਾ ਥੋੜਾ ਜਿਹਾ ਹੋਰ ਅਗੇਰੇ ਹੋਇਆ ਤੇ ਇੱਕ ਸਿੱਖ ਕਰਮਾਂ ਦੀ ਗੱਲ ਕਰਕੇ ਬਾਣੀ ਪੜਦਾ ਸੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਮੇਰੀ ਬੇਨਤੀ ਹੈ ਜੇ ਗੱਲ ਕਰਮਾਂ ਤੇ ਮੁਕਣੀ ਹੈ ਫਿਰ ਇੰਨੀ ਭੀੜ ਤੇਰੇ ਦਰਬਾਰ ਵਿੱਚ ਲੱਗੀ ਹੈ ਕਾਬਲ ਤੋਂ ਸੰਗਤ ਤੇਰੇ ਚਰਨਾਂ ਤੇ ਝੁਕਦੀ ਐ ਲਾਹੌਰ ਤੋਂ ਦੁਨੀਆ ਦੇ ਲੋਕ ਤੇਨੂੰ ਆ ਕਰਕੇ ਨਮਸਕਾਰ ਕਰਦੇ ਨੇ ਮੈਂ ਪੂਰਾ ਪਰਿਵਾਰ ਲੈ ਕੇ ਆਇਆ ਮਾਲਕਾ ਜੇ ਗੱਲ ਕਰਮਾਂ ਤੇ ਆ ਕਰਕੇ ਮੁਕਣੀ ਫਿਰ ਤੇਰੇ ਕੋਲ ਆਉਣ ਦਾ ਕੀ ਲਾਭ ਹੈ ਤ੍ਰਿਲੋਕੀ ਦੇ ਮਾਲਕ ਨੇ ਭਾਈ ਸਲਾਰਦੀਨ ਨੂੰ ਆਖਿਆ ਸਲਾਰਦੀਨ ਤੇਰੇ ਇਸ ਜਵਾਬ ਤੇਰੇ ਇਸ ਸਵਾਲ ਦਾ ਜਵਾਬ ਦੇਣੇ ਆ ਭਾਈ ਆਲਮ ਸਿੰਘ ਨੂੰ ਆਵਾਜ਼ ਮਾਰੀ ਜਾ ਆਲਮ ਸਿੰਘਾ ਤੋਸੇ ਖਾਨੇ ਵਿੱਚੋਂ ਮੋਹਰ ਲੈ ਕੇ ਆ ਪਾਈ ਆਲਮ ਸਿੰਘ ਮੋਹਰ ਲੈ ਕੇ ਆਇਆ ਨਾਨਕ ਨਿਰੰਕਾਰੀ ਨੇ ਜਦੋਂ ਵਿਖਾਈ ਸਲਾਰਦੀਨ ਇਸ ਮੋਹਰ ਤੇ ਕੀ ਲਿਖਿਆ ਉਹਨੇ ਆਖਿਆ ਮਾਲਕਾ ਅਖਰ ਪੁੱਠੇ ਲਿਖੇ ਨੇ ਇਕੇਦਮ ਤ੍ਰਿਲੋਕੀ ਦੇ ਮਾਲਕ ਨੇ ਕੋਰੇ ਕਾਗਜ਼ ਤੇ ਲਾਈ ਅਖਰ ਸਿੱਧੇ ਹੋ ਗਏ ਉਹਨੇ ਆਖਿਆ ਮਾਲਕਾ ਤੇਰੇ ਘਰ ਦੀ ਮੋਹਰ ਹੈ ਹੁਣ ਤਾਂ ਸਾਰਾ ਕੁਝ ਪੜਿਆ ਜਾਂਦਾ ਨਾਨਕ ਨਿਰੰਕਾਰੀ ਨੇ ਸਲਾਰਦੀਨ ਦੇ ਮੋਢੇ ਤੇ ਹੱਥ ਰੱਖਿਆ ਕਹਿਣ ਲੱਗੇ ਸਲਾਰਦੀਨ ਜਿਵੇਂ ਮੋਰ ਦੇ ਅੱਖਰ ਪੁੱਠੇ ਨੇ ਬੰਦੇ ਦੇ ਕਰਮ ਪੁੱਠੇ ਹੋ ਜਾਇਆ ਕਰਦੇ ਨੇ ਕਿਉਂਕਿ ਜਨਮਾਂ ਜਨਮੰਤਰਾਂ ਦਾ ਢੇੜਾ ਪੈਂਦਾ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਤਰੰਗਾ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ ਸਿਖਾ ਮਨੁਖ ਨੂੰ ਕਰਮਾਂ ਦਾ ਢੇੜਾ ਪੈਂਦਾ ਹੀ ਜਦੋਂ ਮਨੁੱਖ ਕਰਮਾਂ ਦਾ ਢੇੜਾ ਲੈ ਕਰਕੇ ਬਾਬੇ ਨਾਨਕ ਦੇ ਘਰ ਵਿੱਚ ਆਉਂਦਾ ਇਹਦੇ ਮੱਥੇ ਤੇ ਕਰਮ ਪੁੱਠੇ ਹੁੰਦੇ ਪਰ ਜਦੋਂ ਬਾਬੇ ਨਾਨਕ ਦੇ ਘਰ ਵਿੱਚ ਆ ਕਰਕੇ ਮੱਥਾ ਟੇਕਦਾ ਹੀ ਇਹਦੇ ਮੱਥੇ ਤੇ ਕਰਮ ਸਿੱਧੇ ਹੋ ਜਾਂਦੇ ਨੇ ਇਹ ਦੀਨ ਦੁਨੀਆ ਦੇ ਮਾਲਕ ਨੇ ਵਡਿਆਈ ਸਿੱਖ ਨੂੰ ਦਿੱਤੀ ਹੈ ਸਿੱਖਾ ਨਾਮ ਜਪ ਬੰਦਗੀ ਕਰ ਬੰਦਗੀ ਕਰਕੇ ਆਪਣੇ ਜੀਵਨ ਨੂੰ ਤਨ ਕਰਨਾ ਕਰ ਬੰਦਗੀ ਵਾਲੀਆਂ ਰੂਹਾਂ ਦਾ ਸੰਗ ਕਰਿਆ ਕਰ ਬੰਦਗੀ ਵਾਲੀਆਂ ਰੂਹਾਂ ਦੇ ਲਾਗੇ ਰਿਆ ਕਰ ਜਦੋਂ ਬੰਦਗੀ ਵਾਲੀਆਂ ਰੂਹਾਂ ਦੇ ਲਾਗੇ ਮਨੁੱਖ ਰਹਿੰਦਾ ਹੈ ਰੰਗ ਲਾਗਤ 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 ਹੈ ਪੈ ਭਾਗਤ 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 ਹੈ ਵੱਡੇ ਦੀਆਂ ਵਿੜਿਆਈਆਂ ਕਹਿਣ ਤੇ ਕਥਨ ਤੋਂ ਬਾਹਰ ਹੋਇਆ ਕਰਦੀਆਂ ਨੇ ਗੁਰੂ ਕੇ ਸਿੱਖੋ ਤੁਸੀਂ ਸਮੇਂ ਚੋਂ ਸਮਾਂ ਕੱਢ ਕਰਕੇ ਆਇਓ ਮਹਾਂਪੁਰਸ਼ਾਂ ਦੀ ਯਾਦ ਨੂੰ ਮਨਾਉਣ ਵਾਸਤੇ ਇੱਥੇ ਇਕੱਤਰ ਹੋਇਓ ਦੀਨ ਦੁਨੀਆ ਦੇ ਮਾਲਕ ਤੁਹਾਡੇ ਤੇ ਸਾਡੇ ਤੇ ਕਿਰਪਾ ਕਰੇ ਸਾਡਾ ਕਿਤੇ ਮਨ ਵਾਸ ਵਿੱਚ ਆ ਜਾਏ ਮਨ ਕਾਬੂ ਵਿੱਚ ਆ ਜਾਏ ਮਨ ਦਾ ਹੁਲਾਰਾ ਮੁੱਕ ਜਾਵੇ ਮਨ ਸ਼ਾਂਤ ਹੋ ਜਾਵੇ ਫਿਰ ਪ੍ਰਮਾਤਮਾ ਦੇ ਕਰ ਦੀ ਗੱਲਬਾਤ ਕਿਤੇ ਅੰਦਰ ਕਰ ਕਰ ਜਾਂਦੀ ਹੈ ਮਨੁੱਖ ਦੇ ਜਨਮ ਜਨਮ ਅੰਤਰਾਂ ਦਾ ਢੇੜਾ ਕਟਿਆ ਜਾਂਦਾ ਹੈ ਮੇਨ ਗੱਲ ਇੱਕੋ ਹੀ ਆ ਕਰਕੇ ਮੁਕਦੀ ਹੈ ਇਸ ਮਨ ਨੂੰ ਟਿਕਾਉਣ ਵਾਸਤੇ ਵੱਡੇ ਵੱਡੇ ਰਿਸ਼ੀਆ ਪੀਰ ਪੈਗੰਬਰਾਂ ਨੇ ਖੂਆਂ ਵਿੱਚ ਜਾਲ ਪਾਏ ਬਹੁਤ ਕੁਝ ਕੀਤਾ ਜੰਗਲ ਵਿੱਚ ਗਏ ਤਪ ਕੀਤਾ ਬੜਾ ਕੁਝ ਕੀਤਾ ਪਰ ਮਨ ਵਸ ਵਿੱਚ ਨਹੀਂ ਆਇਆ ਨਾਨਕ ਨਿਰੰਕਾਰੀ ਨੇ ਇਸ ਮਨ ਨੂੰ ਵਸ ਕਰਨ ਦਾ ਟੰਗ ਤਰੀਕਾ ਸਿਖਾ ਨੂੰ ਦਿੱਤਾ ਸਿਖਾ ਝੋਰਾ ਨਾ ਕਰੀ ਜੇ ਮਨ ਵਸ ਵਿੱਚ ਕਰਨਾ ਹੀ ਜੇ ਤਾਂ ਤੇਰੇ ਕਰਮਾਂ ਦਾ ਫਲ ਤੇਰੇ ਨਾਲ ਚੱਲਦਾ ਤਾਂ ਠੀਕ ਹੈ ਪਰ ਜੇ ਨਾ ਚੱਲੇ ਤੇ ਸੰਗਤ ਵਿੱਚ ਚਲੇ ਜਾਇਆ ਕਰ ਤੇਰੇ ਮੱਥੇ ਤੇ ਕਰਮ ਬਦਲ ਜਾਣਗੇ ਕ੍ਰਿਸ਼ਨ ਭਗਵਾਨ ਦੇ ਕੋਲ ਗੁਰੂ ਕੇ ਸਿੱਖੋ ਜਦੋਂ ਅਰਜਨ ਗਿਆ ਸੀ ਤੇ ਅਰਜਨ ਨੇ ਵੀ ਕਰਮਾਂ ਦੀ ਗੱਲ ਕੀਤੀ ਸੀ ਤ੍ਰਿਸ਼ਟ ਰਾਸ਼ਟਰ ਨੇ ਵੀ ਕਰਮਾਂ ਦੀ ਗੱਲ ਕੀਤੀ ਬਾਬਾ ਮੇਰੀਆਂ ਅੱਖਾਂ ਅੰਨੀਆਂ ਨੇ ਮੇਰਾ 100 ਪੁੱਤ ਮਾਰਿਆ ਗਿਆ ਹੈ ਇਹਨਾਂ ਤਾਂ ਦੱਸ ਤੇ ਕ੍ਰਿਸ਼ਨ ਭਗਵਾਨ ਨੇ ਆਖਿਆ ਵੀ ਤੈਨੂੰ ਵੀ ਪਿਛਲੇ ਜਨਮ ਦੀ ਸੋਝੀ ਤੂੰ ਵੇਖ ਕੋਈ ਮਾੜਾ ਕਰਮ ਤਾਂ ਨਹੀਂ ਕੀਤਾ ਕਹਿੰਦੇ ਨੇ ਇਹਨੇ ਜਦੋਂ ਪਿੱਛੇ ਨੂੰ ਧਿਆਨ ਮਾਰਿਆ 100 ਜਨਮ ਕੋਈ ਮਾੜਾ ਕਰਮ ਨਹੀਂ ਕੀਤਾ ਤੇ ਕ੍ਰਿਸ਼ਨ ਭਗਵਾਨ ਨੂੰ ਕਹਿਣ ਲੱਗਾ ਬਾਬਾ ਮੈਨੂੰ 100 ਜਨਮ ਦੀ ਸੋਝੀ ਐ ਮੈਂ ਕੋਈ ਮਾੜਾ ਕਰਮ ਨਹੀਂ ਕੀਤਾ ਉਹਨੇ ਗੁੱਟ ਫੜਿਆ ਤੇ 101 ਜਨਮ ਚੇਤੇ ਕਰਾ ਦਿੱਤਾ ਇਹਨੇ ਟਿੱਡੇ ਦੇ ਅੱਖ ਵਿੱਚ ਤੀਲੇ ਮਾਰੇ ਸਨ ਜਦੋਂ ਰਾਜ ਭਾਗ ਤੇ ਬਹਿ ਗਿਆ ਇਹਦੀ ਜ਼ੁਬਾਨ ਨੂੰ ਮਾਸ ਦਾ ਚਸਕਾ ਲੱਗ ਗਿਆ ਇਹਨੇ ਨਵੇਂ ਤੋਂ ਨਵੇਂ ਮਾਸ ਖਾਣਾ ਇਹਦੇ ਅਹਿਲਕਾਰਾਂ ਨੇ ਹੰਸਾਂ ਦਾ 100 ਬੱਚਾ ਮਾਰ ਕੇ ਇਹਨੂੰ ਖਵਾਇਆ ਸੀ 100 ਜਨਮ ਤੋਂ ਬਾਅਦਾਂ ਇਹਨੂੰ ਫਲ ਮਿਲਿਆ ਇਹ ਅੱਖਾਂ ਤੋਂ ਅੰਨਾ ਹੋ ਗਿਆ ਤੇ ਇਹਦਾ ਸੌ ਪੁੱਤ ਮਾਰਿਆ ਗਿਆ ਗੱਲ ਫਿਰ ਆ ਕੇ ਕਰਮਾਂ ਤੇ ਮੁਕੇਗੀ ਜਿੰਨਾ ਚਿਰ ਤੱਕ ਤੁਸੀਂ ਆਪਣੇ ਕਰਮ ਠੀਕ ਨਹੀਂ ਕਰਦੇ ਆਪਣੀ ਦੁਨੀਆ ਠੀਕ ਨਹੀਂ ਕਰਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਚਿਰ ਕੁਝ ਵੀ ਨਹੀਂ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋ ਚੀਆਂ ਗੁਰਮਤ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਮਾਫੀ ਤੁਸੀਂ ਸਮੇਂ ਵਿੱਚੋਂ ਸਮਾਂ ਕੱਢ ਕਰਕੇ ਆਇਓ ਮੈਨੂੰ ਹੁਕਮ ਹੋਇਆ ਸੀ ਮਹਾਂਪੁਰਸ਼ਾਂ ਦੀ ਜੀਵਨ ਦੇ ਵਿੱਚੋਂ ਕੋਈ ਗੱਲਬਾਤ ਕਰਨ ਦਾ ਹੋ ਸਕਦਾ ਮੇਰਾ ਸਮਾਂ ਕੱਲ ਦਾ ਫੇਰ ਹੋਵੇ ਮੈਂ ਮਹਾਂਪੁਰਸ਼ ਸੰਤ ਬਾਬਾ ਤਾਰਾ ਸਿੰਘ ਤੇ ਬਾਬਾ ਕਰਤਾਰ ਸਿੰਘ ਦੇ ਜੀਵਨ ਦੇ ਵਿੱਚੋਂ ਤੁਹਾਡੇ ਨਾਲ ਕੁਝ ਉਡਾਰੀ ਚਾਤ ਪਾਵਾਂਗਾ ਮੈਂ ਇੱਥੇ ਹੀ ਆਪਣੇ ਸ਼ਬਦਾਂ ਨੂੰ ਸੰਕੋਚ ਕਰਕੇ ਫਤਿਹ ਬੁਲਾਉਣਾ ਹੈ ਜੀਓ ਆਇਆਂ ਨੂੰ ਧੰਨਵਾਦ ਮਹਾਂਪੁਰਸ਼ਾਂ ਵੱਲੋਂ ਵੀ ਫਤਿਹ ਭੇਜੀ ਗਈ ਸੰਤ ਬਾਬਾ ਕੋਲਾ ਸਿੰਘ ਜੀ ਆਏ ਨੇ ਫਤਿਹ ਉੱਚੀ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ